ਤੇ ਫਸਟ ਵਲੌਗ ਆ ਜੇ ਸਾਰਿਆਂ ਨੂੰ ਵਧੀਆ ਲੱਗੇ ਇਹਨਾਂ ਦਾ ਮਾਹੌਲ ਕਿੱਦਾਂ ਦਿੰਦਾ ਯਾਰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਤਾਂ ਸੋ ਹੈਲੋ ਵਟਸਐਪ ਐਵਰੀਬਡੀ ਗਾਇਸ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੇਰੇ ਇੱਕ ਨਵੇਂ ਫਸਟ ਵਲੌਗ 'ਚ ਅਤੇ ਗਾਇਸ ਪਹਿਲਾਂ ਜਿਹੜਾ ਮੈਂ ਸੀਗਾ ਵਲੌਗ ਕਰਦਾ ਸੀਗਾ ਉਹ ਸੀਗਾ ਮੋਟੋ ਵਲੌਗਿੰਗ 'ਤੇ ਅਤੇ ਯਾਰ ਥੋੜ੍ਹਾ ਜਿਹਾ ਮੋਟੋ ਵਲੌਗਿੰਗ 'ਤੇ ਨਾ ਮੈਨੂੰ ਔਡ ਜਿਹਾ ਫੀਲ ਹੁੰਦਾ ਸੀਗਾ ਅਤੇ ਇਸ ਕਰਕੇ ਮੈਂ ਯਾਰ ਸੋਚਿਆ ਕਿ ਮੈਂ ਆਪਣੇ ਮਨ ਦੀਆਂ ਗੱਲਾਂ ਜ਼ਾਹਿਰ ਕਰਾਂ ਅਤੇ ਟਰੈਵਲ ਕਰਾਂ ਜਿੰਨਾ ਜ਼ਿਆਦਾ ਕਰ ਸਕਦਾ ਟਰੈਵਲ ਕਰਾਂ ਅਤੇ ਲੋਕਾਂ ਨੂੰ ਐਂਟਰਟੇਨ ਕਰਾਂ ਅਤੇ ਇਸ ਕਰਕੇ ਯਾਰ ਮੈਂ ਮੋਟੋ ਵਲੌਗਿੰਗ ਛੱਡ ਕੇ ਨਾ ਅਤੇ ਵਲੌਗਿੰਗ ਵੱਲ ਆਪਣਾ ਪੈਰ ਧਰਿਆ ਵਾ ਹੁਣ ਅਤੇ ਅੱਜ ਮੇਰਾ ਹੈਗਾ ਫਸਟ ਵਲੌਗ ਅਤੇ ਮੈਂ ਫਸਟ ਵਲੌਗ 'ਤੇ ਜਾ ਰਿਹਾ ਵਾਂ ਅੱਜ ਗਊ ਧਾਮ ਮਤਲਬ ਕਿ ਗਾਵਾਂ ਨੂੰ ਪੱਠੇ ਪਾਉਣ ਸਾਡੇ ਪੰਜਾਬੀ ਕਹਿ ਦਿੰਦੇ ਆ ਪੱਠੇ ਪਾਉਣ ਠੀਕ ਹੈ ਨਾ ਗਾਵਾਂ ਨੂੰ ਪੱਠੇ ਪਾਉਣ ਜਾ ਰਿਹਾ ਅਤੇ ਸ਼ੁਰੂਆਤ ਮੈਂ ਇੱਥੋਂ ਹੀ ਕਰਨਾ ਚਾਹੁੰਦਾ ਹਾਂ ਠੀਕ ਹੈ ਅਤੇ ਫਸਟ ਵਲੌਗ ਆ ਜੇ ਸਾਰਿਆਂ ਨੂੰ ਵਧੀਆ ਲੱਗੇ ਤਾਂ ਮੈਂ ਕਹਿ ਰਿਹਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਅਤੇ ਇੱਦਾਂ ਹੀ ਤੁਹਾਨੂੰ ਵਲੌਗ ਆਉਂਦੇ ਰਹੂਗੇ ਅਤੇ ਐਂਟਰਟੇਨ ਮੈਂ ਤੁਹਾਨੂੰ ਸਾਰਿਆਂ ਨੂੰ ਕਰਦਾ ਰਹੂੰਗਾ ਠੀਕ ਹੈ ਅਤੇ ਯਾਰ ਸੱਚ ਦੱਸਾਂ ਨਾ ਮੈਂ ਵਲੌਗਿੰਗ ਕਿਉਂ ਸ਼ੁਰੂ ਕੀਤੀ ਜਿਹੜੀ ਵਲੌਗਿੰਗ ਸ਼ੁਰੂ ਕੀਤੀ ਨਾ ਮੈਂ ਸਿਰਫ ਕੀਤੀ ਹੈ ਯਾਰ ਕਿਉਂਕਿ ਆਈ ਐਮ ਫਰੋਮ ਮਿਡਲ ਕਲਾਸ ਠੀਕ ਹੈ ਮਿਡਲ ਕਲਾਸ ਤੋਂ ਬਿਲੋਂਗ ਕਰਦਾ ਇਸ ਕਰਕੇ ਸੁਪਨੇ ਬਹੁਤ ਵੱਡੇ ਆ ਬਹੁਤ ਅੱਗੇ ਜਾਣ ਸਕਦੇ ਆ ਪਰ ਕੁਛ ਪੂਰੇ ਨਹੀਂ ਹੋ ਪਾ ਰਹੇ ਇਸ ਕਰਕੇ ਮੈਂ ਆਪਣੇ ਮਨ ਦੀਆਂ ਗੱਲਾਂ ਜ਼ਾਹਿਰ ਕਰਨਾ ਚਾਹੁੰਦਾ ਹਾਂ ਕਿ ਮੈਂ ਕਿਹੜੇ ਕਿਹੜੇ ਮੇਰੇ ਸੁਪਨੇ ਜਿਹੜੇ ਮੈਂ ਇਨ ਫਿਊਚਰ ਅਗਰ ਮੈਂ ਮਿਹਨਤ ਕਰਾਂ ਤਾਂ ਮੈਂ ਪੂਰੇ ਕਰ ਸਕਦਾ ਹਾਂ ਅਤੇ ਦੂਜੇ ਬੰਦਿਆਂ ਲਈ ਮੈਂ ਇੰਸਪੀਰੇਸ਼ਨ ਬਣ ਸਕਾਂ ਕਿ ਉਹ ਵੀ ਮੈਨੂੰ ਦੇਖ ਕੇ ਆਪਣੀ ਹਿੰਮਤ ਨਾ ਹਾਰਨ ਅੱਗੇ ਵਧਣ ਇਸ ਕਰਕੇ ਯਾਰ ਇਹ ਵਲੌਗ ਚੈਨਲ ਮੈਂ ਸ਼ੁਰੂ ਕੀਤਾ ਵਾ ਠੀਕ ਹੈ ਅਗਰ ਜਿਹੜੇ ਬੰਦੇ ਮੇਰੇ ਨਾਲ ਜੁੜਨਾ ਚਾਹੁੰਦੇ ਆ ਤਾਂ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਅਤੇ ਵਲੌਗ ਯਾਰ ਹਾਲੇ ਤਾਂ ਫਿਲਹਾਲ ਕਹਿੰਦੀ ਹਾਲੇ ਮੈਂ ਨਵੇਂ ਸਟਾਰਟ ਕਰਨ ਲੱਗਾ ਅਤੇ ਇਸ ਕਰਕੇ ਡੇਲੀ ਵਲੌਗ ਤਾਂ ਆ ਨਹੀਂ ਪਾਊਗੇ ਠੀਕ ਹੈ ਜਾਂ ਹਫ਼ਤੇ 'ਚ ਦੋ ਵਲੌਗ ਆਇਆ ਕਰੂਗੇ ਜਾਂ ਫਿਰ ਤਿੰਨ ਵਲੌਗ ਜਾਂ ਚਾਰ ਵਲੌਗ ਇੱਦਾਂ ਆਇਆ ਕਰੂਗੇ ਅਤੇ ਇਸ ਕਰਕੇ ਗਾਇਜ਼ ਤੁਸੀਂ ਨਾਲ ਜੁੜੇ ਰਹੀਓ ਪਿਆਰ ਦਿਓ ਬਹੁਤ ਸਾਰਾ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਦਾਂ ਹੀ ਐਂਟਰਟੇਨ ਕਰਦਾ ਰਹੂੰਗਾ ਅਤੇ ਸਿੱਧਾ ਮਿਲਦੇ ਆ ਤੁਹਾਨੂੰ ਗਾਉਂ ਧਾਮ ਇੱਧਰ ਤਾਂ ਫੀਲ ਹੀ ਵੱਖਰਾ ਆਉਂਦਾ ਪਿੰਡਾਂ ਅਤੇ ਗਾਇਜ਼ ਹਾਲੇ ਕੁਛ ਪਹੁੰਚੇ ਸੀਗੇ ਅਸੀਂ ਇੱਦਾਂ ਦੀ ਜਗ੍ਹਾ 'ਤੇ ਅਤੇ ਵਿਊ ਚੈੱਕ ਕਰੋ ਗਾਇਜ਼ ਵਿਊ ਚੈੱਕ ਕਰੋ ਇੱਥੇ ਅਸੀਂ ਹੁਣ ਕਰਨਾ ਆ ਕੰਮ ਆਪਣਾ ਉਹ ਦੇਖੋ ਆਪਣੇ ਆ ਰਹੇ ਦਰਵਾਜ਼ੇ ਅਤੇ ਇੱਥੇ ਕੰਮ ਕਰਾਂਗੇ ਹੁਣ ਠੀਕ ਹੈ ਅਤੇ ਕੰਮ ਕਰਨ ਤੋਂ ਬਾਅਦ ਜਾਵਾਂਗੇ ਆਪਾਂ ਗਊ ਧਾਮ ਸਿੱਧਾ ਅਤੇ ਵਿਊ ਗਾਇਜ਼ ਪਿੰਡਾਂ ਦਾ ਵਿਊ ਹੀ ਵੱਖਰਾ ਹੁੰਦਾ ਆ ਚੈੱਕ ਆਊਟ ਕਰੋ ਜੀ ਵਿਊ ਚੈੱਕ ਆਊਟ ਕਰੋ ਨਜ਼ਾਰਾ ਆਉਂਦਾ ਨਾ ਇੱਥੋਂ ਦਾ ਫੀਲ ਹੀ ਵੱਖਰਾ ਹੁੰਦਾ ਆ ਸੱਚ ਦੱਸਾਂ ਯਾਰ ਮਜ਼ਾ ਹੀ ਮਜ਼ਾ ਆ ਪੂਰਾ ਮੇਰਾ ਹੀ ਮਜ਼ਾ ਠੰਡੀ ਠੰਡੀ ਹਵਾ ਤਾਜ਼ੀ ਹਵਾ ਪਿੰਡਾਂ ਦੀ ਯਾਰ ਪਿੰਡਾਂ ਦੀ ਗੱਲ ਹੀ ਵੱਖਰੀ ਹੁੰਦੀ ਜਿਹੜੇ ਜਿਹੜੇ ਬੰਦੇ ਪਿੰਡ ਤੋਂ ਦੇਖ ਰਹੇ ਆ ਨਾ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਕਿ ਪਿੰਡਾਂ ਦਾ ਮਾਹੌਲ ਕਿੱਦਾਂ ਦਿੰਦਾ ਯਾਰ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਤਾਂ ਗਿਆਨ ਨਜ਼ਾਰੇ ਯਾਰ ਇਹੀ ਆ ਗਿਆ ਇੱਥੇ ਦਾ ਸੋ ਗਾਇਜ਼ ਆ ਹੈਗਾ ਆਪਣੇ ਇੱਥੇ ਦਾ ਲੁਧਿਆਣੇ ਦਾ ਗਊ ਧਾਮ ਜਿੱਥੇ ਮੈਂ ਆਉਂਦਾ ਠੀਕ ਹੈ ਪੱਠੇ ਪਾਉਣ ਜੇ ਕਿਸੇ ਨੇ ਆਉਣਾ ਹੋਵੇ ਤਾਂ ਜ਼ਰੂਰ ਆਇਓ ਇਹ ਆ ਕੇ ਆਪਣੀ ਸ਼ਰਧਾ ਜਿੰਨੀ ਹੋਊਗੀ ਦੇ ਕੇ ਜਾਇਓ ਠੀਕ ਹੈ ਲਓ ਜੀ ਇੱਥੇ ਆ ਗਏ ਨੇ ਹੁਣ ਅਸੀਂ ਪੱਠੇ ਪਾਉਣ ਅਤੇ ਦੇਖਦੇ ਹਾਂ ਪੱਠੇ ਪਾਉਣੇ ਸੀਗੇ ਪੱਠੇ ਪਾਉਣੇ ਕਿੱਦਾਂ ਹਾਂ ਜਿੰਨੇ
ਯਾਰ 100 ਦੇ ਕਰ ਦੋ ਤੁਸੀਂ ਜੀ ਗਾਇਜ ਇੱਥੇ ਪੱਠੇ ਪਾਵਾਂ ਇੱਕ 50 ਦਾ ਨੋਟ ਕਿੱਥੇ ਚੜ੍ਹਦਾ ਹੀ ਸੋਹਣੇ ਕਿਹੜੇ ਵਾਲਾ ਕਿਹੜਾ ਆ ਰੇੜੇ 'ਚ ਸਾਰਾ ਹੀ ਹਾਂ ਇਹ ਸਾਰਾ ਸਾਰਾ ਹੀ ਪਾਵਾਂ ਕਿੱਥੇ ਚਲੋ ਥੈਂਕ ਯੂ ਭਾਈ ਅੱਗੇ ਵਧੀਆ ਲੱਗਾ ਲਓ ਜੀ ਗਾਇਸ ਪੱਠੇ ਹੁਣ ਅਸੀਂ ਪਾਤੇ ਆ ਅਤੇ ਅੱਜ ਦਾ ਵਲੋਗ ਵਧੀਆ ਰਿਹਾ ਬਹੁਤ ਮਜ਼ਾ ਆਇਆ ਅਤੇ ਬਾਕੀ ਤੁਹਾਨੂੰ ਵਲੋਗ ਕਿੱਦਾਂ ਦਾ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੀਓ ਅਤੇ ਚੈਨਲ ਨੂੰ ਜ਼ਰੂਰ ਕਰੀਓ ਸਬਸਕ੍ਰਾਈਬ ਪਹਿਲਾ ਵਲੋਗ ਸੀਗਾ ਅਤੇ ਗਾਇਸ ਮਜ਼ਾ ਹੀ ਆ ਗਿਆ ਪੂਰਾ ਅਤੇ ਬਾਕੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਵਲੋਗ 'ਚ ਸੋਰੀ ਠੀਕ ਹੈ ਨਾ ਅਤੇ ਗੁੱਡ ਬਾਏ।